मोगा की, जहां पर इंद्रप्रीत कौर ने आउटस्टैंडिंग डिप्लोमेट्स अवार्ड जीत लिया है। 18 साल की इंद्रप्रीत कौर सिद्धू ने तुर्की में आउटस्टैंडिंग डिप्लोमेट्स अवार्ड जीतकर भारत का नाम रोशन किया है। इंद्रप्रीत कौर सिद्धू ने बताया कि 62 देशों के 117 प्रतिनिधि तुर्की पहुंची थी, जिसमें उन्हें आउटस्टैंडिंग डिप्लोमेट्स का अवार्ड दिया गया है। वो सोशल मीडिया पर काफ़ी एक्टिव रहती हैं, जिसके चलते इनका नाम इस प्रतियोगिता में चयन किया गया। उन्होंने यह भी कहा कि आने वाले दिनों में कड़ी मेहनत कर विभिन्न देशों में जो भी प्रतियोगिताएं आयोजित की जाएंगी, उनमें भाग लेकर अपने माता पिता और देश का नाम रोशन करेंगी। ਡੈਲੀਗੇਟਸ ਬੈਸਟ ਡਿਪਲੋਮੈਟਸ ਸਿਮੂਲੇਸ਼ਨ ਟਰਕੀ ਦਾ ਇੱਕ ਕੰਪੀਟੀਸ਼ਨ ਸੀਗਾ, ਉੱਥੇ ਕਾਨਫਰੰਸ ਸੀ ਅਤੇ ਉੱਥੇ 62 ਕੰਟਰੀਆਂ ਦੇ ਜੋ ਡੈਲੀਗੇਟਸ ਉਹ ਆਏ ਸੀਗੇ ਅਤੇ 117 ਕੰਪੀਟੀਟਰ ਸੀਗੇ ਉੱਥੇ ਡੈਲੀਗੇਟ ਸੀਗੇ, ਜਿਨ੍ਹਾਂ ਨਾਲ ਮੇਰਾ ਵਾਹ ਪਿਆ ਅਤੇ ਉਹਨਾਂ ਦੇ ਕੰਟਰੀਜ਼ ਨੂੰ ਸਮਝਣ ਦਾ ਮੌਕਾ ਮਿਲਿਆ, ਕਿਉਂਕਿ ਉਹਨਾਂ ਦਾ ਰਹਿਣ ਸਹਿਣ ਕਿਵੇਂ ਹੈ ਅਤੇ ਉਹ ਕਿਵੇਂ ਲੋਕਾਂ ਨੂੰ ਟ੍ਰੀਟ ਕਰਦੇ ਆ, ਕਾਫੀ ਅੱਛਾ ਲੱਗਿਆ। ਉੱਥੇ 117 ਡੈਲੀਗੇਟ ਸੀਗੇ ਵੱਖੋ ਵੱਖ। ਪਹਿਲਾਂ ਅਸੀਂ ਕਾਫੀ ਵੀਡੀਓਜ਼ ਪਾਉਂਦੇ ਰਹੇ ਹਾਂ ਸੋਸ਼ਲ ਮੀਡੀਆ 'ਤੇ, ਜਿੱਥੋਂ ਉਹਨਾਂ ਨੇ ਚੋਣ ਕੀਤੀ ਕਿ ਕਿੱਦਾਂ ਦਾ ਬੋਲਦੇ ਆ, ਇਹਨਾਂ ਦਾ ਬੋਲਣ ਦਾ ਲਾਈਕ ਇਹਨਾਂ ਦੀ ਕਮਿਊਨੀਕੇਸ਼ਨ ਸਕਿੱਲਸ ਕਿੱਦਾਂ ਦੇ ਆ, ਤਾਂ ਉੱਥੋਂ ਸਾਡੀ ਸਿਲੈਕਸ਼ਨ ਹੋਈ ਸੀ। ਤਾਂ ਇੰਡੀਆ ਤੋਂ ਸੀਗੇ ਮੇਰੇ ਨਾਲ ਹੋਰ ਵੀ ਲੋਕ, ਕਾਫੀ ਅੱਛਾ ਵਿਹਾਰ ਸੀ ਉਹਨਾਂ ਦਾ ਵੀ।